दोबारा बना भाई क्यों फेल नहीं आई आता पाऊ वीडियो बननी है आता पाऊगा हाँ जी किदा सारे की हाल चाल ते मिलो अपने नवे मैंबर नू मरल कलर बुली अपना 3.5 महीने का ये बुली गैंग च न्यू मैंबर ऐड होया ते नाले भी सारिया नू मुबारक चैनल हो गया अपना मोनोटाइज शौ चढ़िया कहिंदे बड़ा बड़ा चा चढ़िया मतलब डिफरेंट लैवल की खुशी है भी एक पैसे आन कोई मतलब नहीं है मतलब चैनल तो जड़ी वो हरिवत्ती जी लागी ना है हो रहा है ये अपना भाई नवा बच्चा है इनू रेडी करांगे फ्यूचर च पहला बिलियन रेडी किया बिलियन तो तुम पुराने ब्लॉग च दिखाया सी लेकिन हुण वधिया बन गया एज ए प्रोपर स्टार्ट रेडी हो गया तो नैक्सट जल्दी उहदी वीडियो नैक्सट अपलोड कर दे आपां उहदी तुहानूं हुण दी कंडीशन विखावांगे भी हुण की चीज़ है ते ਇਦਾਂ ਬਿਲੀਅਨ ਵਾਂਗੂ ਹੁਣ ਇਹਨੂੰ ਰੈਡੀ ਕਰਾਂਗੇ ਬਰਾਬਰਸ ਬਿਲੀਅਨ ਇਹ ਤਿੰਨੇ ਇੱਕੋ ਜਿਹੇ ਹੋ ਜਾਣੇ ਛੋਟੇ ਨਾਮ ਦੱਸੋ ਨਾਮ ਇਹਦਾ ਕਾਫੀ ਸੋਚੇ ਸੀ ਲੇਕਿਨ ਮੈਂ ਰਿਚ ਕਿਡ ਨਾਮ ਰੱਖਿਆ ਇਹਦਾ ਸੋਹਣਾ ਲੱਗਾ ਨਾਮ ਮੈਨੂੰ ਤੇ ਨਾਮ ਇਹਦਾ ਰਿਚ ਕਿਡ ਬਾਕੀ ਜੇ ਕਿਸੇ ਨੂੰ ਕੋਈ ਵਧੀਆ ਨਾਮ ਹਜੇ ਤਾਂ ਅਸੀਂ ਪੱਕਾ ਪੱਕਾ ਰੱਖਿਆ ਨਹੀਂਗਾ ਆਪਦੇ ਉਹਨੇ ਰੱਖਿਆ ਕਮੈਂਟ ਕਰਕੇ ਦੱਸ ਦਿਓ ਕਿੱਦਾਂ ਸੋਹਣਾ ਲੱਗਾ ਤਾਂ ਰਿਚ ਕਿਡ ਹੀ ਰਹਿਣਾ ਕਿ ਨਹੀਂ ਤਾਂ ਜੋ ਕਹੋਗੇ ਆਪਾਂ ਚੁਣ ਲਾਂਗੇ ਨਹੀਂ ਜਿੰਦੇ ਜ਼ਿਆਦਾ ਵੋਟ ਹੋਣ ਦੱਸੋ ਵੀ ਕਲਰ ਕਿੱਦਾਂ ਦਾ ਕਲਰ ਲੱਗਣਾ ਇਹ ਵੀ ਬਾਕੀ 3.5 ਮਹੀਨੇ ਦਾ ਹਾਈਟ ਤੁਹਾਨੂੰ ਚੈੱਕ ਕਰਾਉਣਾ ਮੰਨ ਟੇਬਲ ਤੇ ਰੱਖ ਕੇ ਕਿਆ ਬਾਤ ਹੈ ਮਿਲੋ ਸਾਡੇ ਵੱਡੇ ਭਰਾ ਅਮਰਤਪਾਲ ਸਿੰਘ ਬੇਰ ਹਾਂਜੀ ਕਿਵੇਂ ਹੋ ਸਰ ਗਿਵ ਯਰ ਇੰਟਰੋਡਕਸ਼ਨ ਪਲੀਜ਼ ਦੱਸੋ ਵੀ ਕਿਹੜਾ ਕਲਰ ਕਿਹੜਾ ਹੈ ਇਹ ਕਲਰ ਹੈ ਵੀਰੇ ਮਾਰਲੇ ਮਾਰਲੇ ਕਲਰ ਹੈ ਮਾਰਲੇ ਵੀ ਕਹਿੰਦੇ ਬਲੂ ਮਾਰਲੇ ਚ ਬਲੂ ਮਾਰਲੇ ਚ ਬਾਕੀ ਸਾਨੂੰ ਨਾ ਜ਼ਿਆਦਾ ਕਲਰ ਨਾਲ ਸਾਨੂੰ ਲੈਣਾ ਦੇਣਾ ਘੱਟ ਆ ਸਾਨੂੰ ਸਟਰਕਚਰ ਕੁਆਲਿਟੀ ਤੱਕ ਲੈਣਾ ਦੇਣਾ ਕਿਉਂਕਿ ਜਿੰਨੇ ਸਾਡਾ ਡੋਗ ਹੈਗਾ ਜਿੰਨੇ ਵੀ ਸਟੱਡ ਹੈਗੇ ਨੇ ਉਹ ਸਾਰੇ ਐਜ਼ ਅ ਪ੍ਰੋਪਰ ਬੁੱਲ ਹੈ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਮਿਕਸ ਅਪ ਜਾਂ ਲੁੱਕ ਨਹੀਂ ਤੁਹਾਨੂੰ ਆਊਗੀ ਪ੍ਰੋਪਰ ਬੁੱਲੀ ਦੀ ਲੁੱਕ ਆਊਗੀ ਜੋ ਉਹਦਾ ਸਟਰਕਚਰ ਹੈ ਉਹਦੀ ਕਲੀਨ ਬੋਡੀ ਹੈ ਹਾਈਟ ਬਹੁਤ ਛੋਟੀ 3.5 ਮਹੀਨੇ ਦਾ ਉਹਦੀ ਰੈੱਡ ਬੁੱਲ ਦਾ ਸਾਈਜ਼ ਦੇਖ ਲਈਏ ਪੂਰੇ ਰੈੱਡ ਬੁੱਲ ਦੀ ਛੋਟੀ ਬੋਤਲ ਜਿੱਦਾਂ 3.5 ਮਹੀਨੇ ਦਾ ਹੋ ਗਿਆ ਤੇ ਇਹ ਮੈਨੂੰ ਚੀਜ਼ਾਂ ਦਾ ਆਪਾਂ ਸਾਨੂੰ ਇਹ ਚੀਜ਼ਾਂ ਪਸੰਦ ਆ ਲਾਈਕ ਇਹਦਾ ਕਲੀਨ ਹੈਡ ਕਿਤੇ ਕੋਈ ਰਿੰਕਲ ਨਹੀਂ ਬੋਡੀ ਤੇ ਕੋਈ ਬੁਲਡੌਗ ਲੁੱਕ ਨਹੀਂ ਪ੍ਰੋਪਰ ਸਟਰਕਚਰ ਪ੍ਰੋਪਰ ਮਸਲ ਨੈਕ ਤੇ ਜਦੋਂ ਵੱਡਾ ਹੋਊਗਾ ਤੁਹਾਨੂੰ ਕੱਲੀ ਕੱਲੀ ਚੀਜ਼ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਵੀ ਵੱਡਾ ਕੋਈ ਚੀਜ਼ ਕੀ ਬਣਿਆ ਹੈ ਜਿੱਦਾਂ ਦਾ ਬਰਾਬਰਸ ਹੈ ਸੇਮ ਬਰਾਬਰਸ ਹੈ ਬਸ ਬਰਾਬਰਸ ਦੇ ਵਿੱਚ ਕਲਰ ਮਰਨ ਪੈ ਗਿਆ ਹੈ ਤੇ ਯੂਜ਼ ਕਰ ਰਹੇ ਹਾਂ ਆਪਾਂ ਹਾਈਡਰਾ ਬਰਾਜ਼ਨ ਦਾ ਸ਼ੈਂਪੂ ਯੂਜ਼ ਕਰ ਰਿਹਾ ਮੁੰਡੇ ਨੇ ਕਹਿੰਦੇ ਮੁੰਡਾ ਮੈਂ ਖਾਣ ਰਹੇ ਨਾ ਆਪਾਂ ਜੀ ਚਲੀਏ ਓਏ ਹੋ ਗਿਆ ਸੌ ਗਿਆ ਹੋਰ ਕਿਹੜੇ ਜੀ ਚਲੀਏ ਚਲੇ ਚਲੋ ਹਾਂਜੀ ਚਮਕ ਗਿਆ ਚਮਕ ਗਿਆ ਚਮਕੀ ਗਿਆ ਮਾਰੋ ਛੋਰੋ ਕੋਲਰ ਕੂਲਰ ਪਸੰਦ ਕਰਾਉਂਦੇ ਨੇ ਕੋਲਰ ਆਪਣੇ ਵਾਲੇ ਕਿੱਥੇ ਪਾਉਂਦੇ ਆ ਔਰੇਂਜ ਕਲਰ ਕਲਰ ਤਾਂ ਸੋਹਣਾ ਲੱਗ ਰਿਹਾ ਹਾਂ ਇਹਦੇ ਚੋਂ ਪਾਣਿਆ ਛੋਟਾ ਇਹਨੂੰ ਛੋਟਾ ਹੀ ਛੋਟਾ ਹੋਵੇ ਨਾ ਨਾ ਪਤਲਾ ਜਾ ਨਹੀਂ ਜ਼ਿਆਦਾ ਪਤਲਾ ਨਹੀਂ ਚਾਹੁੰਦਾ ਇਹੀ ਸੋਹਣਾ ਟਾਈਟ ਹੋਵੇ ਨਾ ਬਸ ਤਾਂ ਠੀਕ ਹੈ ਜੀ ਜਮਾ ਓਕੇ ਆ ਇਹਨੇ ਥੱਲੇ ਛੱਡ ਕੇ ਵੇਖਿਆ ਇਹਨੇ ਪਾਣਾ ਹੀ ਨਹੀਂ ਹੈ ਇਹਨੇ ਬਹਿ ਹੀ ਨਹੀਂ ਜਾਣਾ ਇਹਨੇ ਕੋਲਰ ਪਾ ਕੇ ਫਿਰ ਜਾਣਾ ਮੈਂ ਮੁੰਡੇ ਨੇ ਟ੍ਰਿਕਸੀ ਦਾ ਕਾਊਂਟਰ ਪਾਇਆ ਯੂਰਪ ਤੋਂ ਮੰਗਾ ਕੇ ਚੈੱਕ ਸਾਈਨ ਦੇ ਯੂਰੋ ਹਾਂ
ਚੜੀ ਤੇ ਚੱਲ ਵੀ ਕਿੱਡ ਤੁਰ ਕੇ ਖਾਵੜ ਆਇਆ ਮੈਂ ਤੁਰ ਮੈਂ ਕਾਲ ਕਰ ਆ ਜਾ ਕਿੱਡ ਆ ਜਾ ਰੂਆ ਬੈੱਡ ਤੇ ਹੀ ਹੋ ਨਾ ਹਜਾ ਦੇ ਕੇ ਆ ਓਹੋ ਕਹਿੰਦਾ ਕੀ ਪਤਾ ਆ ਜਾ ਕਿੱਡ ਕਿੱਡ ਬੈਗ ਹੋ ਚੱਕ ਕਰਤਾ ਤੂੰ ਘਟਨ ਸੁਸੁ ਕੋਈ ਗੱਲ ਨਹੀਂ ਕੋਈ ਗੱਲ ਨਹੀਂ थले नी आंदा पहला बुली होना बह गया ਹਾਂਜੀ ਬਾਬੂ ਜੀ ਓ ਬਾਬੂ ਜੀ ਤੁਸੀਂ ਹੋ ਰੈਡੀ ਭਾਈਆ ਭਾਈਆ ਸੋ ਜਾ ਬਸ ਆ ਗਿਆ ਵੀ ਪਸੰਦ ਆ ਗਿਆ ਪਸੰਦ ਆ ਗਿਆ ਪਹਿਲੀ ਵਾਰੀ ਸਾਡੇ ਕਿਸੇ ਬੁੱਲੀ ਨੂੰ ਬੈੱਡ ਬੁੱਡ ਪਸੰਦ ਆਇਆ ਬੈੱਡ ਆ ਗਿਆ ਪਸੰਦ ਉੱਪਰ ਹੀ ਉੱਪਰ ਹੀ ਲਾ ਦੇਣਾ ਨਾ ਮੈਂ ਤਾਂ ਨਾਲੇ ਲੈ ਜਾਣਾ ਯਾਰ ਟੋਏ ਕਰਾਈਏ ਪਸੰਦ ਨੂੰ ਸਭ ਇਹਦਾ ਹੀ ਆ ਸਭ ਇਹਦਾ ਹੀ ਆ ਸਟੋਰੀ ਇਹਦਾ ਸਟੋਰੀ ਇਹਦਾ ਚੈੱਕ ਕਰਤਾ ਤੂੰ ਪ੍ਰਕਸੀ ਦਾ ਕਿਹੜਾ ਚਾਹੀਦਾ ਬਾਹੂ ਹੈਂ ਹੱਥ ਲਾ ਨੀਗਾ ਲੱਤ ਲਾ ਹੱਥ ਨਾਲ ਲਾਈ ਲੱਤ ਲਾ ਦੇ ਲਾ ਵੀ ਤੂੰ ਤਾਂ ਵੇਖਦਾ ਨਹੀਂ ਪਿਆ ਉਧਰ ਨੂੰ ਕਿਤੇ ਨਾ ਖੇਡੂਗਾ ਉੱਥੇ ਰੱਖ ਕੇ ਪਸੰਦ ਕਰਾਉਣਾ ਖੜ ਦੋ ਇਹ ਮੈਂ ਬੁਲੀ ਬੜੀ ਕੱਟ ਕੇ ਆਇਆ ਨਾ ਵੀ ਰਿਜੈਕਟ ਹੋਰ ਆਉਂਦਾ ਕੁਛ ਮੱਛੀ ਵੀ ਨਹੀਂ ਪਸੰਦ ਆਈ ਬਾਈ ਟੋਏ ਬਦਲੋ ਮੱਛੀ ਤਾਂ ਕੋਈ ਹਾ ਪਾ ਬਣੀ ਕਿ ਬੈੱਡ 'ਚ ਵੈਸੇ ਸੌਣਾ ਵੀ ਮੇਰੇ ਬੈੱਡ 'ਚ ਕਿਵੇਂ ਆ ਗਏ ਛੱਡ ਕੋਈ ਹਾ ਹੈ ਕੋਈ ਲੈਣ ਦੇਣੇ ਦੇਣਾ ਕਿ ਨਹੀਂ ਇਹਦਾ ਖੇਡਣ ਦੇ ਲੱਗਾ ਖੇਡਣ ਕਹਿੰਦਾ ਕਾਹਨੂੰ ਘੇਰ ਲਈ ਉਹ ਫਿਰਦਾ ਉਹ ਲੰਘ ਗਿਆ ਰਿਚ ਕਿਟ ਟਰੰਪ ਵੀ ਹੈ ਕਿਸ ਤਰ੍ਹਾਂ ਨਹੀਂ ਖੇਡਣਾ ਇਹਨੇ ਭੁੱਖਾ ਬੇਚਾਰਾ ਨਾ ਸਫ਼ਰ ਸਫ਼ਰ ਕਰਕੇ ਖਵਾਓ ਮੁਰਗਾ ਮੁਰਗਾ ਇਹਨੂੰ ਡਰਦਾ ਛੋਟੇ ਹੁੰਦੇ ਮੈਂ ਬੁਲੀ ਹਿਸਾਬ ਲਾਇਆ ਕਿਸੇ ਚੀਜ਼ ਚ ਇੰਟਰਸਟ ਨਹੀਂ ਰੱਖਦੇ ਉਹਨੂੰ ਕੋਈ ਲੈਣਾ ਦੇਣਾ ਨਹੀਂ ਮੱਛੀ ਨਾਲ ਉੱਥੋਂ ਦੇ ਉੱਤੋਂ ਹੀ ਲੰਘ ਜਾਂਦਾ ਅਤੇ ਹੋਰ ਕੀ ਪਸੰਦ ਆ ਕਿਡ ਵਿੱਚ ਕਿਡ ਹਾਂਜੀ ਮੈਂ ਡਿਸਾਈਡ ਕਰ ਰਹਾ ਹੂੰ ਮੈਨੂੰ ਕਿਆ ਲੈਣਾ ਹੈ ਚਲ ਆ ਜਾ ਦੱਸ ਕੀ ਪਸੰਦ ਆ ਫਿਰ ਤੈਨੂੰ ਕਰ ਲਾ ਆਪਣੀ ਚੀਜ਼ ਆਪ ਹੀ ਲੈ ਲੈ ਹਾਂਜੀ ਦੇਖ ਰਿਚ ਕਿਡ ਮਿਲ ਲਓ ਇਹ ਸਰਬਰ ਮਿਲਣਾ
ਸਾਹਿਬਾ ਨਹੀਂ ਪਿਆਰ ਕਰਦੀ ਇਹਨੂੰ ਸਾਹਿਬਾ ਤਾਂ ਜਿਵੇਂ ਇੰਨਾ ਬਹੁਤ ਵਧੀਆ ਪਿਆਰ ਪੈ ਗਿਆ ਠੀਕ ਹੋ ਗਈ ਅੱਗੇ ਨਾਲੋਂ ਬਸ ਲੈਂਡਿੰਗ ਥੋੜ੍ਹੀ ਜਿਹੀ ਗੇਰੀ ਗਲਤ ਕਰਦੀ ਹੈ ਇੱਕ ਵਿੰਗ 'ਚ ਹਜੇ ਇੱਕ ਪ੍ਰੋਬਲਮ ਹੈਗੀ ਇਹਦੇ ਕਿਉਂਕਿ ਅੰਦਰੋਂ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਹਜੇ ਉੱਪਰ ਜ਼ਖਮ ਭਰ ਗਿਆ ਅੰਦਰੋਂ ਇੰਟਰਨਲ ਉਹ ਫਰ ਬੋਗ ਵੀਕ ਹੈ ਹਜੇ ਇਹ ਵੀ ਹਜੇ ਨਰਵਸ ਹੈ ਅਗਲੇ ਟਾਈਮ ਤੱਕ ਅਗਲੇ ਵਲੌਗ 'ਚ ਸਹੀ ਹੋ ਜੂਗਾ ਖਾਓ ਪੀਊਗਾ ਹਜੇ ਖਾਲੀ ਪੇਟ ਆ ਇਹ ਇਹਦੀ ਅੱਜ ਦੀ ਲੁੱਕ ਵੇਖ ਲਓ ਅਗਲੇ ਵਲੌਗ 'ਚ ਇਹਦੀ ਲੁੱਕਸ ਵੇਖਿਆ ਬਿਲਕੁਲ ਚੇਂਜ ਕਰ ਲਾਂਗੇ ਡਾਈਟ ਇਹਦੀ ਤੁੰਨ ਦੇਣੀ ਆ ਫੁੱਲ ਜਿਵੇਂ ਬਿਲੀਅਨ ਦੀ ਚੇਂਜ ਕੀਤੀ ਨਾ ਲੁੱਕ ਆਪਾਂ ਤੁਹਾਨੂੰ ਬਿਲੀਅਨ ਜਲਦੀ ਦਿਖਾਉਂਦੇ ਹਾਂ ਆਪਾਂ ਅਤੇ ਸਾਹਿਬਾ ਨਾਲ ਤਾਂ ਬਹੁਤ ਪਿਆਰ ਪੈ ਗਿਆ ਆਪਣਾ ਇਹ ਤਾਂ ਹੁਣ ਮੇਰੇ ਕੋਲ ਆ ਜਾਂਦੀ ਕਿਸ ਵੀ ਕਰ ਲੈਂਦੀ ਹੈ ਮੈਨੂੰ ਬਸ ਕੋਈ ਕੋਲ ਨਾ ਹੋਵੇ ਨਰਵਸ ਨਾ ਹੋਵੇ ਕਈ ਵਾਰੀ ਦੰਦੀ ਵੀ ਮਾਰ ਜਾਂਦੀ ਹੈ ਮਾੜਾ ਮੋਟਾ ਤਾਂ ਚੱਲਦਾ ਜਾਨਵਰ ਨੇ ਪਿਆਰ ਕੋਲੋਂ ਟਾਈਮ ਲੱਗਦਾ ਅਗਲੇ ਵਲੌਗ 'ਚ ਤੁਹਾਨੂੰ ਇਨਸਾਨਾਂ ਨਾਲ ਚੰਗੇ ਆ ਇਹਦੀ ਤਿਆਰੀ ਦਿਖਾਵਾਂਗੇ ਕਿਉਂ ਵੀ ਰਿਚ ਕਿਡ ਜਲਦੀ ਮਿਲਦੇ ਹਾਂ ਮੈਂ ਤੁਹਾਨੂੰ ਵੀ ਨਵੇਂ ਵਲੌਗ 'ਚ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਤਾਂ ਕਿਉਂਕਿ ਸਾਡਾ ਚੈਨਲ ਮੋਨੇਟਾਈਜ਼ ਹੋ ਗਿਆ ਹੁਣ ਥੋੜ੍ਹੀ ਜੀ ਜ਼ਿਆਦਾ ਉਹ ਕਰਿਓ ਬਾਕੀ ਟਰਾਈ ਕਰਾਂਗੇ ਕਿਉਂ ਟਾਈਮ ਘੱਟ ਹੁੰਦਾ ਟਰਾਈ ਕਰਾਂਗੇ ਤੁਹਾਨੂੰ ਹੋਰ ਵੀ ਬੁਲੀ ਦੇ ਬੱਚਿਆਂ ਦੇ ਜਿੱਥੇ ਲੀਡਰ ਹੋਏ ਆਪਣੇ ਸਟੱਡ ਦੇ ਆਪਾਂ ਤੁਹਾਨੂੰ ਉਹ ਵੀ ਕਵਰ ਕਰਾਂਗੇ ਜਲਦੀ ਕੈਨਲ ਉਹ ਵੀ ਤੁਹਾਨੂੰ ਆਪਾਂ ਆਪਣੇ ਪੇਜ 'ਤੇ ਦੇਖਣ ਨੂੰ ਜਲਦੀ ਵੀਡੀਓ ਮਿਲਣਗੀਆਂ ਬਾਕੀ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਬੁਲੀ ਦੇ ਰਿਗਾਰਡਿੰਗ ਕਦੇ ਵੀ ਤੁਸੀਂ ਫੋਨ ਮੈਸੇਜ ਕਰ ਸਕਦੇ ਹੋ ਕਿਉਂਕਿ ਸਾਹਿਬਾ ਕਹਿ ਦਿਓ ਸਾਰਿਆਂ ਨੂੰ ਬਾਏ ਬਾਏ ਓਕੇ ਮਿਲਦੇ ਜਲਦੀ ਸਟੇ ਟਿਊਨ